ਚਲੋ ਤੱਕਿਆ ਜਾਏ ਤਾਂ ਇਸ ਸਾਈਡ ਨਾਲ ਬਾਗ ਵੀ ਲਾ ਵਾ। ਅਸਲਾਮ ਵਾਲੇਕੁਮ, ਉਮੀਦ ਕਰਨਾ ਸਾਰੇ ਭੈਣਾਂ ਭਰਾ ਬਜ਼ੁਰਗ ਠੀਕ ਠਾਕ ਸੋ ਖੁਸ਼ਬਖਸ਼ ਹੋ, ਅੱਲਾਹ ਤਾਲਾ ਨੇ ਵਜ਼ਾ ਮਾਨ ਵਿੱਚ ਸੋ। ਜੈਸੇ ਕਿ ਅੱਜ ਤੁਸੀਂ ਦੱਸਣੇ ਚੱਲੇ ਹਾਂ, ਅਸਾਂ ਆਏ ਵੇ ਹਾਂ ਇੱਕ ਖੂਬਸੂਰਤ ਇਲਾਕਾ ਆ ਜਿਹੜਾ ਚੜੋਹੀ ਨੇ ਅੰਦਰ, ਇਹ ਅਸ਼ਨਾ ਆ ਔਰ ਚੜੋਹੀ ਨੇ ਅੰਦਰ ਘੜਾ ਇਲਾਕਾ ਆ ਉਹ ਪੰਜਨੀ ਸ਼ਰੀਫ। ਪੰਜਨੀ ਸ਼ਰੀਫ ਇੱਥੇ ਅਸਾਂ ਆਇਆ ਬੈਠਕ ਹੀ ਆ ਮੀਆਂ ਮੁਹੰਮਦ ਬਖਸ਼ ਉਹਨਾਂ ਨੇ ਉਹਨਾਂ ਨੇ ਵੈਸੇ ਤਾਂ ਦਰਬਾਰ ਜਿਹੜੀ ਆ ਉਹ ਖੜੀ ਸ਼ਰੀਫ ਹੀ ਉਹਨਾਂ ਨੇ ਇੱਥੇ ਬੈਠਕ ਕੀ। ਇੱਥਾਂ ਮੀਆਂ ਮੁਹੰਮਦ ਸਾਹਿਬ ਰਾਂ ਜਿਹੜਾ ਸਾ ਮਲੂਕ ਸਾ ਉਹ ਇੱਥੇ ਬੇ ਲਿਖਿਆ ਨੇ ਔਰ ਇੱਥੇ ਅੱਛੀ ਗਰਮੀਆਂ ਜ਼ਿਆਦਾਤਰ ਅੱਛੀ ਰਹਿੰਦੇ ਹੋਣੇ ਸੇ ਇੱਥੇ ਲਿਖਣੇ ਹੋਣੇ ਸੇ, ਕਿਉਂਕਿ ਅਗਰ ਤੁਸੀਂ ਬੈਕ ਕੈਮਰੇ ਮੈਂ ਦੱਸਾਂ ਮਾਸ਼ਾਅੱਲਾ ਬੜਾ ਖੂਬਸੂਰਤ ਇੱਕ ਗਰਾਊਂਡ ਸੇ ਨਜ਼ਰ ਅਸ਼ਨਾ ਸੀ। ਆਸ ਪਾਸ ਪਹਾੜੀਆਂ ਹੀ ਆ ਔਰ ਇਸ ਸਾਈਡ ਅੱਗੇ ਬੰਦੀ ਜਗ੍ਹਾ ਮਤਲਬ ਉੱਧਰ ਚੜੋਈ ਪੂਰਾ ਉਹ ਸਾਡੇ ਨਜ਼ਰ ਅਸ਼ਨਾ ਆ ਔਰ ਬਕਿਆ ਗੱਪਾਂ ਛੱਪਾਂ ਉੱਥੇ ਜਿਹੜੀ ਉਸ ਸਨ। ਤੁਸੀਂ ਸਭ ਤੋਂ ਪਹਿਲੇ ਮੈਂ ਦੱਸਾਂ ਕਿ ਮੀਆਂ ਮੁਹੰਮਦ ਬਖਸ਼ ਹਜ਼ਰਤ ਪੀਰੇ ਸ਼ਾਹ ਸਾਹਿਬ ਸਾਈਂ ਕਾਲਾ ਖਾਨ ਜਿਹੜੇ ਇਹਨਾਂ ਨੇ ਇੱਥੇ ਖਾਦਮ ਸੇ, ਤਾਂ ਅਸਾਂ ਇੱਥੋਂ ਅੰਦਰ ਐਂਟਰ ਹੋਣੇ ਹਾਂ ਔਰ ਅੱਗੇ ਚੱਲੀ ਤੁਸੀਂ ਬੈਠਕ ਦੱਸਣੇ ਹਾਂ। ਤਾਂ ਕਿਸ ਕਿਨੇ ਉਹ ਇੱਥੇ ਇਹ ਜਿਹੜਾ ਅੰਦਰ ਜਿਤਨਾ ਵੀ ਏਰੀਆ ਪੱਕਾ ਕਿਤਾ ਮੈਨੇ ਇਸ ਸਾਈਡ ਵਜ਼ੂ ਖਾਨਾ ਵਜ਼ੂ ਸ਼ੁਜ਼ੂ ਕਰਨ ਵਾਸਤੇ ਔਰ ਉਸ ਸਾਈਡ ਤਲਾਅ ਹੈਗਾ ਉਹ ਵੀ ਮਸਜਿਦ ਗਾ ਚੱਲੀ ਤੁਸੀਂ ਦੱਸਣੇ ਹਾਂ। ਅਸਾਂ ਇੱਥੋਂ ਪੌੜੀਆਂ ਉੱਪਰ ਜਾਂਦੇ ਹਾਂ ਔਰ ਪਹਿਲਾਂ ਜੁਲੀ ਬੈਠਕ ਪਰ ਦੁਆ ਮੰਗਦੇ ਹਾਂ ਔਰ ਉਸ ਤੋਂ ਬਾਅਦ ਇਹ ਵੀ ਜਗ੍ਹਾ ਇਹਨਾਂ ਪੱਕੀ ਕੀਤੀ ਵੀ ਜਗ੍ਹਾ ਵੀ ਔਰ ਇੱਧਰ ਬੋਰਡ ਵੀ ਲਗੇ ਵੇ ਜਿਹਨਾਂ ਪਰ ਮੀਆਂ ਸਾਹਿਬ ਨੇ ਸਾਰੇ ਸ਼ੇਰ ਲਿਖੇ ਵੇ। ਅਸਾਂ ਇੱਥੋਂ ਅੰਦਰ ਐਂਟਰ ਹੋਣੇ ਹਾਂ ਭਾਈ ਅਤੀਕ ਮਾੜੀ ਸੀ ਪਹਿਲਾਂ ਆਈ ਐੱਸ ਏ ਉਹ ਇੱਥੇ ਬੈਠੇ ਵੇ। ਇਸ ਸਾਈਡ ਮਸਜਿਦ ਦੀ ਨਮਾਜ਼ ਪੜ੍ਹਨੀ ਹੋਇਆ ਤੁਸੀਂ ਨਮਾਜ਼ ਵੀ ਪੜ੍ਹ ਸਕਦੇ ਹੋ ਔਰ ਇਹ ਜਿਹੜੀ ਇਹ ਬੈਠਕ ਹੀ ਹਾਂਜੀ ਭਾਈ ਜੀ ਅਸਲਾਮ ਵਾਲੇਕੁਮ। ਅੱਛੀ ਕਿਆ ਤੁਸੀਂ ਪਹਿਲੇ ਆਏ ਹੋ ਤਾਂ ਕਿਆ ਕੁਝ ਤੱਕਿਆ ਸੁਣਿਆ ਦੇ ਤੱਕਿਆ ਸੁਣਿਆ ਤਾਂ ਭਾਈ ਇਹ ਤੁਸੀਂ ਨਾਲ ਦੱਸਣੀ ਆ ਬਾਕੀ ਕਿ ਸਕੂਨ ਵਾਕੇ ਕਾਫੀ ਜ਼ਿਆਦਾ ਹਨ ਕਾਫੀ ਜ਼ਿਆਦਾ ਸਕੂਨ ਹਨ ਆ ਇਤਨੀ ਮਜ਼ੇ ਨਹੀਂ ਚੱਲਣੀ ਠੰਡੀ ਠੰਡੀ ਰਾਤੀ ਬਸ ਲੇਟ ਸੇ ਨਾ ਦਿਹਾੜੀ ਪੂਰੀ ਅੱਗੇ ਪਿੱਛੇ ਸਫਰਾਂ ਵਿੱਚ ਰਹਿਣਾ ਉਸ ਦੀ ਵਜ੍ਹਾ ਸੇ ਵੈਸੇ ਸੁਸਤੀ ਚੱਲੀ ਹੋਣੀ ਤਾਂ ਇੱਥੇ ਜਿਹੜਾ ਠੰਡੀ ਠੰਡੀ ਹਵਾ ਲੱਗੀ ਆ ਨਾ ਤਾਂ ਦਿਲ ਕਰਨਾ ਕਿ ਬਸ ਇੱਥੇ ਸਕੂਨ ਕਰਾਂ। ਤੱਕੋ ਨਾ ਮੀਆਂ ਸਾਹਿਬ ਨੇ ਇਸ ਜਗ੍ਹਾ ਕਿਵੇਂ ਅੱਛੀ ਬੈਠੇ ਉਹਨੇ ਇਸ ਜਗ੍ਹਾ ਨੇ ਬਾਰੇ ਸਕੂਨ ਹਰ ਚੀਜ਼ ਪਤਾ ਸੀ ਉਹਨਾਂ ਕਿ ਇਸ ਜਗ੍ਹਾ ਨਾਲ ਕਾਫੀ ਜ਼ਿਆਦਾ ਪਿਆਰ ਸਾ ਮੀਆਂ ਸਾਹਿਬ ਕੀ ਇੱਥੇ ਨੇ ਜਿਹੜੇ ਅਕੀਦਤ ਮਨ ਲੋਕ ਸੇ ਉਹਨਾਂ ਨਾਲ ਵੀ ਉਹਨੇ ਕਾਫੀ ਜ਼ਿਆਦਾ ਪਿਆਰ ਸਾ। ਮੀਆਂ ਸਾਹਿਬ ਇੱਥੇ ਗਰਮੀਆਂ ਦੇ ਮੌਸਮ ਹੁਣ ਜਿਸ ਤਰ੍ਹਾਂ ਗਰਮੀਆਂ ਸਟਾਰਟ ਹੋਣੀਆਂ ਨਾ ਬਿਲਕੁਲ ਮੌਸਮ ਗਰਮਾ ਮੀਆਂ ਸਾਹਿਬ ਇੱਥੇ 6 ਮਹੀਨੇ ਇੱਥੇ ਕਿਆਮ ਕਰਨੇ ਸੇ ਬਿਲਕੁਲ ਔਰ ਉਹ 6 ਮਹੀਨੇ ਇੱਥੇ ਰਹਿਣੇ ਸੇ ਤੇ ਜਿਸ ਨੇ ਸੈਫ ਅਲ ਮਲੂਕ ਜਿਹੜਾ ਅਸਾਂ ਨੇ ਪੂਰੀ ਦੁਨੀਆ ਵਿੱਚ ਹਾਲੀ ਅਸਾਂ ਨੇ ਪਰ ਪੂਰੀ ਦੁਨੀਆ ਵਿੱਚ ਹਰ ਕੋਨੇ ਵਿੱਚ ਸਾਰਿਆਂ ਜਿਹੜਾ ਨਾ ਪੜ੍ਹਿਆ ਵੀ ਆ ਜਿਸਨੇ ਚ ਮੁਸਲਮਾਨਾਂ ਵੀ ਪੜ੍ਹਿਆ ਤਾਂ ਗੈਰ ਮੁਸਲਿਮ ਵੀ ਪੜ੍ਹਿਆ ਔਰ ਪਸੰਦ ਵੀ ਕੀਤਾ ਆ। ਤਾਂ ਫਿਰ ਉਸ ਤੋਂ ਬਾਅਦ ਜਿਸਲਾ ਮੀਆਂ ਸਾਹਿਬ ਇੱਥੇ ਰਹੇ ਨਾ ਉਹਨਾਂ ਨੇ ਕਾਫੀ ਸਿਹਤ ਖਰਾਬ ਹੋਈ ਹੈ ਠੀਕ ਹੈ ਇਹ ਕੁਝ ਅਸਾਂ ਐਸੀਆਂ ਗੱਲ ਮਤਲਬ ਕੁਝ ਗੱਲਾਂ ਤੁਸੀਂ ਦੱਸਣੀਆਂ ਹਕੀਕਤ ਆ ਲੰਮੀਆਂ ਸਟੋਰੀਆਂ ਹੀ ਨਾ। ਤਾਂ ਫਿਰ ਉਹਨਾਂ ਇੱਥੇ ਨੇ ਅਕੀਦਤ ਮੰਨਦੇ ਇਹ ਕਿ ਮਿੱਕੀ ਖੜੀ ਸ਼ਰੀਫ ਪਹੁੰਚਾਓ ਤਾਂ ਫਿਰ ਇੱਥੋਂ ਬੰਦੇ ਉਹਨੇ ਖੜੀ ਸ਼ਰੀਫ ਪਹੁੰਚਾਈ ਉੜਿਆ ਤਾਂ ਇੱਥੇ ਮੀਆਂ ਸਾਹਿਬ ਨੇ ਇੱਕ ਗੋਦੜੀ ਅਸਾਂ ਤਾਂ ਗੋਦੜੀ ਆਪਣੀ ਜ਼ਬਾਨ ਹੀ 'ਚ ਆਖਦੇ ਇੱਕ ਛੋਟਾ ਜਿਹਾ ਸਰਾਣਾ ਹੀ ਛੋੜੋ ਪਿਲੋ ਜਿਸ ਹੈ ਤਕੀਆ ਤਾਂ ਬੜਾ ਵੀ ਹੋ ਸਕਣਾ ਨਾ ਗੋਦੜੀ ਅਸਾਂ ਪਿਲੋ ਕੀ ਆਖਦੇ ਹਾਂ ਜਾਂ ਛੋਟਾ ਜਿਹਾ ਹੋਣਾ ਆ ਬਿਲਕੁਲ। ਤਾਂ ਇੱਥੇ ਜਿਸ ਤਰ੍ਹਾਂ ਮੈਂ ਤਹਿਰੀਰ ਲਿਖੀ ਵੀ ਆ ਨਾ ਤੁਸੀਂ ਉਹ ਲਿਖੀਆਂ ਵਾ ਗੱਲਾਂ ਮੈਂ ਸੁਣਾਉਣਾ ਕੋਈ ਮੈਂ ਕਿਸੇ ਬੰਦੇ ਕੋਲ ਪਿੱਛੇ ਨਹੀਂ ਕਿਉਂਕਿ ਉੱਧਰੋਂ ਬਾਈ ਥੋੜ੍ਹਾ ਜਿਹਾ ਬਿਲਕੁਲ ਲੱਗਿਆ ਜਿਸਨੇ ਪਰ ਲਿਖਿਆ ਵਾ ਤਾਂ ਇੱਕ ਦੰਦ ਮੁਬਾਰਕ ਚੜ੍ਹਨ ਉਹ ਉਹਨਾਂ ਨੇ ਭਤੀਜੇ ਸੇ ਗੁਲਾਮ ਨਬੀ ਜਿਹਨਾਂ ਇੱਥੇ ਦਫਨਾਇਆ ਕਿਉਂਕਿ ਉਹਨਾਂ ਹੈ ਕਿ ਗਰੇ ਬਾਹਰ ਰਹੇ ਤਾਂ ਸ਼ਾਇਦ ਬੇਅਦਬੀ ਹੋ ਸੀ ਤਾਂ ਫਿਰ ਉਹਨਾਂ ਇਸ ਅੰਦਰ ਅਸਾਂ ਜਿਸ ਨੂੰ ਦਰਬਾਰ ਨੇ ਅਸੀਂ ਦੱਸਾਂ ਇੱਕ ਬਣਤੀ ਵੀ ਹੈ ਕਬਰ ਤਾਂ ਉਸਨੇ ਚ ਫਿਰ ਦਫਨਾਈ ਛੁੜਿਆ ਨੇ। ਤਾਂ ਮੀਆਂ ਸਾਹਿਬ ਤੁਸੀਂ ਕੀ ਪਤਾ ਕਿ ਜਿਤਨੇ ਵੀ ਕਲਾਮ ਪੜ੍ਹੇ ਮੀਆਂ ਸਾਹਿਬ ਨੇ ਬੜੇ ਮਸ਼ਹੂਰ ਹੈ ਉਸ ਤੋਂ ਬਾਅਦ ਸੈਫ ਅਲ ਮਲੂਕ ਔਰ ਬਾਕੀ ਸ਼ੇਰ ਮੀਆਂ ਸਾਹਿਬ ਨੇ ਤਾਂ ਆਰਫੇ ਖੜੀ ਸ਼ਰੀਫ ਤਕਰੀਬਨ ਤੁਸੀਂ ਜਿੱਥੇ ਵੀ ਜਾ ਸੋ ਨਾ ਖੜੀ ਸ਼ਰੀਫ ਦਾ ਜ਼ਿਕਰ ਕਰ ਸੋ ਨਾ ਤਾਂ ਹਰ ਬੰਦਾ ਜਾਣਨਾ ਹੀ ਅਸੀਂ ਖੜੀ ਸ਼ਰੀਫ ਪਾਕਿਸਤਾਨ ਦੇ ਅੰਦਰ ਬੈਰੂਨੇ ਮੁਲਕਾਂ ਵਿੱਚ ਉਹ ਫਿਰ ਸੈਫ ਅਲ ਮਲੂਕ ਨੇ ਦਰਿਆ ਮਤਲਬ ਕਿ ਇੱਕ ਹਰ ਬੰਦਾ ਕਿਸੇ ਨਾ ਕਿਸੇ ਚੀਜ਼ ਹੈ ਕਿ ਡਿਫਰੈਂਟ ਐਂਕਲ ਨਾਲ ਜਾਣਨਾ ਹੋਣਾ। ਤਾਂ ਬਾਕੀ ਇੱਕ ਖਤਮ ਬਾਈ ਸੋ ਨਾਲ ਦੱਸੋ ਹੋਰ ਬਿਲਕੁਲ ਜਿਹੜੀ ਇਹ ਤਾਰੀਖ ਲਿਖੀ ਵੀ ਨਾ ਮੈਂ ਨਾ ਕਲੋਜ਼ ਤੋਂ ਦੱਸੇ ਸ਼ੁਰੂ ਚਲੋ ਜਿਹੜੇ ਬੰਦੇ ਉਹ ਪੜ੍ਹੀ ਕਿਨ ਸਨ ਇੱਥੇ ਜਾਂ ਨਮਾਜ਼ ਹੀ
नमाज पढ़ने की जगह ये उस वे पत्थर है तो जय नमाज ही पत्थर नहीं बनती भी है तो इसने बारे च कंफर्म ना दसी सकने कि ये उस टाइम नहीं है या बाद नहीं, नहीं, नहीं है क्योंकि असा कि इसने बारे च इल्म नहीं है हूँ असा एवं आखी छोड़ो तो गलत बात होनी है बाकी है कि ये पड़ियां बनती वहां नीचे इन्होंने पाए बनते हुए सारी गल है जी इन्होंने इतना महफूज की भी है कोई खास चीज खास टाइम नहीं है या बाद नहीं है जो भी है बिल्कुल ये सारे दिए शिए दिए वे जेड़े जलाने ਇਹ ਦਰਖਤ ਆ ਕਾਫੀ ਪੁਰਾਣਾ ਆ ਔਰ ਇਹ ਸਭ ਜਗ੍ਹਾ ਆਈ ਆ ਬੂਟੇ ਛੂਟੇ ਵੀ ਇੱਥੇ ਲੱਗੇ ਵੇ ਔਰ ਇਸ ਸਾਈਡ ਅੱਗੇ ਵੀ ਤੱਕਣੇ ਆ ਇਸ ਸਾਈਡ ਵੀ ਇਸ ਤਰ੍ਹਾਂ ਕੁਝ ਬੂਟੇ ਲੱਗੇ ਵੇ ਔਰ ਖੂਬਸੂਰਤ ਜਗ੍ਹਾ ਬਣਦੀ ਵੀ ਸਟੈਪ ਬਾਏ ਸਟੈਪ ਉਹ ਨੀਚੇ ਉਤਰ ਕਪੜਾ ਹੀ ਆ इतना कब्रस्तान आ और इधर नीचे वो बूटे लगे उस साइड ये जगह बनती भी था किंजला ना बूटा और अमरूदा ने तो नाल इधर चीड़ा ये साइड मियाँ साबरा उस टाइम ये तलाब बनवाया सा कि इतना पानी पानी आना सा तो इस वजह थो तो इतने जो लोग रहने से ना उन्हें पानी की बड़ी मुश्किल सी तो फिर बारिशी पानी जरा इतना जमा हो जाना सा कि खसरा पत्थर सा पानी जमा होना सा इतने लोग इस्तेमाल करने होने से हूँ खैर माशाल्लाह आखने इतना हर बंदे ने घरा ही पानी आ और पानी की किल्लत हूँ को नहीं है उस टाइम है दौरी पानी की किल्लत होनी सी ये नाल लिया मैंने इतना बोड़ी ने बूटा कि बड़ा हो जैसी तो इस एरिए छाम हो जैसी और वैसे इतना दरख्त लगे हुए कोवे ने उसके बाद इधर चीड़ा ना कुछ दरख्त वो भी अंदर चीड़ा वो सब तो बड़ा दरख्त आ कोवे ना देगा शेगा चाहने चूल्हे शुले वगैरह बनते हुए और ये साइड अगर लोहे नहीं जगह रखी मैंने मतलब इस पर मंडे पकाए जाने है तो किस नहीं हो और इधर पर भी नहीं जगह ही है कुछ लकड़ियाँ इधर कट्टी तो इन्हें रखी वा माशाल्लाह तो किया जाए तो इस साइड नाल बाग भी ला वा और इतने जो बंदे मुकामे रहने ना ये उन्होंने थूम वगैरह इतना बूटे छूटे उन्हें लाए वे इसने चलने असं गए दवा मंगी है दवा मंगने तो बाद हूँ असं वापस जाने पे हूँ वापस जाने जे रस्ते ने खूबसूरत जे सीन ने उसने चक्कर असं तो ना अगर फिर चलने इसने चलने जल्द इस साइड पर तुम सुना इस खंबे को इधर टर्न करी दरबार जी बैठक जी है इस साइड ही ठीक है असं पहले भुली गए से वो अगर जाइए असं फिर गड्डी खिलाई है गड्डी इतना भी खली जानी सी जगह ऐसी तो उधर पिछे भी जगह आई गड्डी खिलाने नहीं ते गड्डी हूँ रिवर्स करी पिछा खड़सो और मैं एक और चीज़ का दसी छुड़ा तुसा पोज करी भाएं बद च पड़ी किए इतना यह लिखा वा कि इतों अगर तुसा गड्डी नहीं खड़ी सकने और ना उसके बाद तुसा अगर पैदल जाई सकने ना मकाना ने मतलब इस ग्रह ने अंदर हाँ तुसा रिश्तेदार है कोई जाने फिर जाई सकने हो तो मगर नहीं तो वैसे बेमखसूस इधर नहीं जाई सकने बड़े बड़े में उठेंदे वेखे
तेंदे वेखे जोरा वर सतराने ओ बेअकला दे ओ नौकर दिखे ओ दानशमंद सयाने ओ बेअकला दे ओ नौकर दिखे ओ दानशमंद सयाने ते कख सवाद दा ओ कख सवाद दा ए मिश्री अलदर असकदा भी चख दिथिया ओ चीजा नालों गल्ला नबी दिया मिठिया एना सा दिया चीजा नालों गल्ला नबी दिया मिठिया ते सबोनू ओ सपानूर ओ सेदे नूरो उसदा नूर हजूरो उसनु तख्त अरशदा मिलया ते मूसानू को तूरो इमरान भाई इसी के आगे मियां साहब ने बड़ा ही प्यारा शेर लिखा के कुर्सी अर्श नालो कलम सी ते ना सूरज चन तारे ओ दो मिनूर मोहम्मद ओ देंदा सी चमकारे ओ दो मिनूर मोहम्मद वाला ओ देंदा सी चमकारे के दानश मंदानू ओ दानश मंदा सब नहीं लड़दा ओ एक खुडो दो वारी ओ होई तो खान मोहम्मद ओ मत जिना दी मारी ते लगदी नालो टुटदी चंगी ओ बेकदरा दी यारी ओ पला होया लड़ नेड़ों छुटिया अजे गुजरी ना उमर ए सारी पला होया लड़ नेड़ों छुटिया अजे गुजरी ना उमर ए सारी ते बस गर्मिया मोहम्मद बख्शा हुण मोड़ कलम दा कोड़ा ओ सारी उम्र ए दुख नहीं मुकने पिछे वरका रह गया थोड़ा ते जिन्ना दुखा
उम्मीद करना आज वाली वीडियो तुम्हें पसंद आई। अगर पसंद आई लाइक शेयर सब्सक्राइब लाजमी करें। दुआ है कि अल्लाह ताला तुम्हें शाद आबाद रखो, दुनिया आखिरी कामयाबियां देने। नेक्स्ट वीडियो मुलाकात होती है अल्लाह सुनने वाला। बाय।